4 ਤਰੀਕ ਨੂੰ ਖਤਮ ਹੋਣਾ, 4 ਨੂੰ ਅਸੀਂ ਦੁਬਾਰੇ ਮੀਟਿੰਗ ਕਰਕੇ ਗਾਂ ਇਹਦਾ ਕੀ ਕਰਨਾ, ਕਿੰਨੇ ਦਿਨ ਅੱਗੇ ਵਧਾਉਣਾ, ਵਧਾਉਣਾ ਕਿ ਨਹੀਂ ਵਧਾਉਣਾ, ਕੀ ਕਰਨਾ, ਇਹਦਾ ਐਲਾਨ ਅਸੀਂ 5 ਤਰੀਕ ਤੁਹਾਨੂੰ ਲੱਗਦਾ ਕਿ ਚੰਡੀਗੜ੍ਹ 'ਚ ਦਾਖਲ ਹੋ ਸਕੋਗੇ ਜਾਂ ਕੋਈ ਜਗ੍ਹਾ ਤੁਹਾਡੀ ਸੁਣੀ ਹੋਈ ਹੈ? ਦੇਖੋ ਲੱਗਦਾ ਹੁੰਦਾ, ਦੇਖੋ ਸਾਡਾ ਇਹ ਮੋਰਚਾ ਹੈ, ਸਾਨੂੰ ਤਾਂ ਇਹ ਵੀ ਹੋ ਸਕਦਾ ਅਸੀਂ ਇਹ ਗੁੰਜਾਇਸ਼ ਰੱਖਦੇ ਹਾਂ ਵੀ ਸਰਕਾਰ ਦੀ ਜੇ ਨੇ ਚਾਹਾ ਵੀ ਅਸੀਂ ਨਹੀਂ ਹੋਣ ਦੇਣਾ ਪ੍ਰੋਗਰਾਮ, ਤਾਂ ਸਾਨੂੰ ਘਰਾਂ ਦੇ ਵਿੱਚ ਵੀ ਫੜ ਸਕਦੇ ਨੇ, ਗ੍ਰਿਫਤਾਰੀਆਂ ਵੀ ਕਰ ਸਕਦੇ ਨੇ, ਨਾਕੇ ਵੀ ਲਾ ਸਕਦੇ ਨੇ, ਲਾਉਂਦੇ ਹੁੰਦੇ ਨੇ, ਲੱਗਦੇ ਨੇ, ਕਿਹੜਾ ਪਹਿਲੀ ਵਾਰ ਹੈ, ਅਸੀਂ ਕਿਹੜਾ ਅੰਦੋਲਨ ਪਹਿਲੀ ਵਾਰ ਲੜ ਰਹੇ ਹਾਂ, ਸਰਕਾਰ ਨੇ ਆਪਦਾ ਸਾਰਾ ਹੀਲਾ ਵਸੀਲਾ ਕਰਨਾ ਹੁੰਦਾ, ਅਸੀਂ ਇਸ ਤਿਆਰੀ ਨਾਲ ਜਾਵਾਂਗੇ, ਸਰਕਾਰ ਐਂ ਕਰਦੀ ਹੈ ਕੀ ਕਰਨਾ, ਸਰਕਾਰ ਰੋਕਦੀ ਹੈ ਕੀ ਕਰਨਾ, ਸਰਕਾਰ ਸਾਨੂੰ ਉੱਥੇ ਰੋਕੂ, ਦੇਖੋ ਸੜਕਾਂ ਤਾਂ ਚੱਕ ਕੇ ਨਹੀਂ ਲਿਜਾਂਦੀ ਸਰਕਾਰ, ਸੜਕਾਂ ਤਾਂ ਹੈਗੀਆਂ ਚੰਡੀਗੜ੍ਹ ਦੀਆਂ, ਹੁਣ ਤਾਂ ਦਿੱਲੀ ਸਰਕਾਰ ਨੇ ਕਿਹੜਾ ਸਾਨੂੰ ਉੱਥੇ ਵੜਨ ਦਿੱਤਾ ਸੀ ਦਿੱਲੀ, ਅਤੇ ਹੁਣ ਇਹ ਇਸ ਤਰ੍ਹਾਂ ਜੇ ਇਹ ਕਿਤੇ ਰੋਕਣ ਦੀ ਕੋਸ਼ਿਸ਼ ਕਰਨਗੇ ਤਾਂ ਇਹ ਵੱਡੀ ਮੁਸੀਬਤ ਮੁੱਲ ਲੈਣਗੇ, ਇਹ ਜਮਹੂਰੀਅਤ ਨਾਲ ਕਤਲ ਕਰਨਗੇ, ਨਾਲੇ ਇਹਨੇ ਸਿਆਸੀ ਤੌਰ ਤੇ ਬਦਨਾਮ ਹੋਣਗੇ, ਨਾਲੇ ਇਹਨਾਂ ਨੂੰ ਸਾਨੂੰ ਥਾਂ ਦੇਣਾ ਪੈਣਾ, ਨਾਲੇ ਸਾਡੀ ਮੰਗ ਬਣੇ ਦੇਖੋ ਸਾਡੀ ਸ਼ਮੂਲੀਅਤ 18 ਜ਼ਿਲ੍ਹਿਆਂ ਦੀ ਹੋਣੀ ਹੈ, ਤਿਆਰੀ ਸਾਡੀ ਬਹੁਤ ਜ਼ੋਰਦਾਰ ਹੈ, 18 ਜ਼ਿਲ੍ਹਿਆਂ ਦੀ ਸਾਡੀ ਸ਼ਮੂਲੀਅਤ ਹੋਣੀ ਹੈ, ਅਤੇ 8-10 ਜ਼ਿਲ੍ਹੇ ਨੇ ਸਾਡੇ ਤਕੜੇ ਜ਼ਿਲ੍ਹੇ ਆ, ਜਿਹੜੇ ਜਿਨ੍ਹਾਂ 'ਚੋਂ ਭਰਮੀ ਸ਼ਮੂਲੀਅਤ ਹੈ, ਤੁਹਾਨੂੰ ਦੱਸੀ ਆ ਜਿਵੇਂ ਅਸੀਂ 2 ਤਰੀਕ ਦਾ ਅਸੀਂ ਔਰਤਾਂ ਦਾ ਪੂਰਾ ਭਰਮਾ ਇਕੱਠ ਕਰਨਾ ਚਾਹੁੰਦੇ ਹਾਂ, ਪੂਰੀਆਂ ਔਰਤਾਂ ਜਿਹੜੀਆਂ ਖੁਦਕੁਸ਼ੀ ਪੀੜਤ ਔਰਤਾਂ ਨੇ ਜਾਂ ਜਿਨ੍ਹਾਂ ਦੇ ਧੀ ਪੁੱਤਰ ਨਸ਼ਿਆਂ ਦੇ ਖਾਤਰ ਨਸ਼ੇ ਕਰਦੇ ਨੇ ਜਾਂ ਮਰ ਗਏ ਜਾਂ ਉਹ ਉਹਨਾਂ ਦੀ ਮੌਤ ਹੋ ਗਈ, ਉਹਨਾਂ ਪਰਿਵਾਰਾਂ ਦਾ ਇਕੱਠ ਜਿਨ੍ਹਾਂ ਦੇ ਕਰਜ਼ੇ ਕਰਕੇ ਆਰਥਿਕ ਤੰਗੀ ਕਰਕੇ ਜਿਨ੍ਹਾਂ ਦੇ ਭਰਾ ਜਿਨ੍ਹਾਂ ਦੇ ਪਤੀ ਖੁਦਕੁਸ਼ੀ ਕਰ ਗਏ, ਜਿਨ੍ਹਾਂ ਨੂੰ ਕੋਈ ਸਰਕਾਰ ਨੇ ਪੁੱਛਗਿੱਛ ਨਹੀਂ ਕੀਤੀ, ਉਹਨਾਂ ਦਾ ਇਕੱਠ ਪੀੜਤਾਂ ਦਾ ਇਕੱਠ ਦਾ ਔਰਤਾਂ ਦਾ ਵੱਡਾ ਇਕੱਠ ਯਾਨੀ 2 ਤਰੀਕ ਨੂੰ ਅਸੀਂ ਚੰਡੀਗੜ੍ਹ ਦੇ ਵਿੱਚ ਕਰ ਰਹੇ ਹਾਂ। ਦੇਖੋ ਅੱਜ ਦੀ ਘੜੀ ਤਾਂ ਅਸੀਂ ਤੁਹਾਨੂੰ ਦੱਸਿਆ ਜੋ ਝੰਡਾ ਸਿੰਘ ਨੇ ਵੀ ਆਪਣੇ ਪਹਿਲਾਂ ਤਾਂ ਅਸੀਂ ਇਕੱਲੀ ਜਥੇਬੰਦੀ ਨੇ, ਸਾਨੂੰ ਹੁਣ ਸਮਰਥਨ ਮਿਲ ਗਿਆ, ਕਿੰਨਾ ਕੁ ਸਮਰਥਨ ਹੈ ਕਿਹੋ ਜਿਹਾ ਉਹ ਖੇਤ ਮਜ਼ਦੂਰ ਜਥੇਬੰਦੀ ਵੱਲੋਂ ਆ ਗਿਆ, ਹੋਰ ਜਥੇਬੰਦੀਆਂ ਨੂੰ ਵੀ ਅਸੀਂ ਕਾਲ ਹੈ ਵੀ ਜਿਹੜੀਆਂ ਜਥੇਬੰਦੀਆਂ ਹੋਰ ਨੇ ਜਿਹੜੀਆਂ ਇਹਨਾਂ ਕਾਰਪੋਰੇਟ ਦੀਆਂ ਨੀਤੀਆਂ ਤੋਂ ਤੰਗ ਨੇ, ਜਿਨ੍ਹਾਂ ਜਿਵੇਂ ਬੇਰੁਜ਼ਗਾਰ ਨੇ, ਠੇਕਾ ਮੁਲਾਜ਼ਮ ਨੇ, ਵਿਦਿਆਰਥੀ ਨੇ, ਸੰਤੀ ਕਾਮੇ ਨੇ, ਅਧਿਆਪਕ ਨੇ ਜਾਂ ਬਿਜਲੀ ਕਾਮੇ ਨੇ, ਹੋਰ ਬਹੁਤ ਸਾਰੀਆਂ ਤਬਕਿਆਂ ਦੀਆਂ ਜਥੇਬੰਦੀਆਂ ਵੱਖ ਵੱਖ ਜਿਵੇਂ ਬੇਰਕਾਲੇ ਨੇ, ਸਾਬਕਾ ਫੌਜੀ ਨੇ, ਉਹ ਸਾਰੀਆਂ ਜਥੇਬੰਦੀਆਂ ਜੇ ਇਹਦੇ ਵਿੱਚ ਮਤਲਬ ਸ਼ਾਮਿਲ ਹੋਣਗੀਆਂ ਉਹਦਾ ਪਤਾ ਲੱਗ ਜਾਣਾ ਸਾਨੂੰ, ਉਹ ਵੀ ਦੱਸ ਦਿਆਂਗੇ ਤੁਹਾਨੂੰ, ਨਹੀਂ ਉਸ ਦਿਨ ਉਹ ਕੋਈ ਤਾਲਮੇਲ ਮੈਂ ਐਕਸ਼ਨ ਕਰ ਸਕਦੀਆਂ ਨੇ, ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਕਰ ਸਕਦੇ ਨੇ, ਤਹਿਸੀਲ 'ਤੇ ਕਰ ਸਕਦੇ ਨੇ ਜਾਂ ਆਪਣੇ ਹੈੱਡ ਆਫਿਸ ਕਰ ਸਕਦੇ ਨੇ, ਇਹ ਉਹਨਾਂ ਦੀ ਮਰਜ਼ੀ ਹੈ, ਉਹ ਸਾਡੇ ਇਸ ਅੰਦੋਲਨ ਦੇ ਨਾਲ ਤਾਲਮੇਲ ਕਿਸ ਕੋਆਰਡੀਨੇਟ ਕਿਵੇਂ ਕਰ। 4 ਤੱਕ ਹੀ ਉੱਥੇ ਬੈਠੋਗੇ ਜਾਂ ਅੱਗੇ ਵੀ ਮੋਰਚਾ ਚੱਲੂਗਾ? ਦੇਖੋ ਮੈਂ ਤੁਹਾਨੂੰ ਦੱਸਿਆ ਵੀ 4 ਨੂੰ ਸੈਸ਼ਨ ਖਤਮ ਹੋਣਾ, ਸੈਸ਼ਨ ਖਤਮ ਹੋਣ ਤੋਂ ਬਾਅਦ ਸਾਡੀ ਰਾਤ ਨੂੰ ਮੀਟਿੰਗ ਹੋਣੀ ਹੈ, ਸ਼ਾਮ ਨੂੰ ਹੋ ਜਾਵੇ ਉਸੇ ਦਿਨ, ਉਸ ਮੀਟਿੰਗ ਦੇ ਵਿੱਚ ਅਸੀਂ ਕੁੱਲ ਜਾਇਜ਼ਾ ਲਵਾਂਗੇ ਆਪਣੇ ਇਸ ਅੰਦੋਲਨ ਦਾ ਵੀ ਕੀ ਬਣਿਆ, ਉਹ ਜੋ ਫੈਸਲਾ ਹੋਊਗਾ ਉਹਦਾ ਅਸੀਂ 5 ਨੂੰ ਐਲਾਨ ਕਰਾਂਗੇ। ਸਰਕਾਰ ਦਾਵਾ ਕਰਦੀ ਰਹਿੰਦੀ ਹੈ ਕਿ ਅਸੀਂ ਕਿਸਾਨਾਂ ਵਾਲੇ ਫੈਸਲਾ ਜਿਹੜੇ ਹੱਕ ਦੇ ਫੈਸਲੇ ਲੈ ਰਹੇ ਹਾਂ, ਕੋਈ ਖੇਤੀ ਨੀਤੀ ਨੂੰ ਸਰਕਾਰ ਨਾਲ ਮੀਟਿੰਗਾਂ ਵੀ ਹੁੰਦੀਆਂ ਰਹੀਆਂ ਪਿਛਲੇ ਸਮੇਂ ਵਿੱਚ, ਕੋਈ ਉਹਦੇ 'ਚ ਸਿੱਟਾਂ ਨਿਕਲਿਆ ਨਹੀਂ, ਖੇਤੀ ਨੀਤੀ ਤੁਸੀਂ ਗੱਲ ਕਰਦੇ ਹੋ, ਮੁੱਦਾ ਵੀ ਤੁਸੀਂ ਉਠਾਉਂਦੇ ਰਹੇ। ਦੇਖੋ ਸਾਡੀ ਹੋਈ ਆ ਗੱਲ, ਅਸੀਂ ਉਹਨਾਂ ਨੂੰ ਇਹ ਨਹੀਂ ਵੀ ਸਾਡੀ ਗੱਲ ਹੀ ਹੋਈ ਆ, ਉਹਨਾਂ ਨੇ ਸਾਡੇ ਤੋਂ ਮੰਗਿਆ ਸੀ, ਖਰੜਾ ਮੰਗਿਆ ਸੀ ਖੇਤੀ ਨੀਤੀ ਦਾ, ਅਸੀਂ ਆਪਣੀ ਖੇਤੀ ਨੀਤੀ ਬਣਾ ਕੇ ਉਹਨਾਂ ਨੂੰ ਦੇ ਕੇ ਆਏ, ਜਦੋਂ ਉਦੋਂ ਧਾਲੀਵਾਲ ਹੁੰਦਾ ਸੀ ਖੇਤੀਬਾੜੀ ਮੰਤਰੀ, ਅਸੀਂ ਕੁਲਦੀਪ ਸਿੰਘ ਧਾਲੀਵਾਲ ਵਰਗਿਆਂ ਨੂੰ ਉਹਨਾਂ ਨੂੰ ਇਹਨਾਂ ਨੂੰ ਫੜਾ ਕੇ ਆਏ ਹਾਂ ਖੇਤੀ ਨੀਤੀ ਦਾ ਖਰੜਾ, ਇਹਨਾਂ ਨੇ ਉਸ ਤੋਂ ਬਾਅਦ ਕਮੇਟੀ ਬਿਲਕੁਲ ਬਣਾਈ ਸੀ, ਉਹਦੇ ਗਾਂਹ ਕੀ ਬਣਿਆ ਕੀ ਨਹੀਂ ਬਣਿਆ ਉਹਦਾ ਕੋਈ ਜੇ ਨਹੀਂ ਤਾਂ ਪਤਾ ਲੱਗ ਸਕਿਆ, ਇਹ ਤਾਂ ਮੇਰੇ ਖਿਆਲ 'ਚ 2022 ਜਦੋਂ ਸਰਕਾਰ ਬਣੀ ਆ, ਉਹ ਤੋਂ ਫੌਰੀ ਬਾਅਦ ਹੀ ਸਾਡੀ ਉਹਨਾਂ ਨਾਲ ਮੀਟਿੰਗ ਹੋ ਗਈ ਸੀ, ਅਸੀਂ ਉਦੋਂ ਦੇਤੀ ਸੀ ਉਹਨਾਂ ਨੂੰ ਖੁਦ ਖਰੜਾ। ਇਹ ਮੰਗਾਂ ਕੀ ਰਹਿਣੀਆਂ ਵਿੱਚ? ਮੰਗਾਂ ਉਹਨਾਂ ਦੇ ਵਿੱਚ ਇਹੀ ਪਾਈਆਂ ਹੋਈਆਂ ਨੇ ਕਿ ਖੇਤੀ ਨੀਤੀ ਨਾਲ ਸੰਬੰਧਿਤ ਨੇ ਜਿਹੜੀਆਂ, ਵੀ ਪਾਣੀ ਕਰਜ਼ੇ ਦਾ ਕੀ ਬਣੂਗਾ, ਅਤੇ ਐੱਮ ਐੱਸ ਪੀ ਦਾ ਤੁਸੀਂ ਮੰਡੀਆਂ ਦਾ ਕੀ ਬਣਾਓਗੇ,
ਅਤੇ ਜਿਹੜੇ ਫਸਲਾਂ ਦਾ ਨੁਕਸਾਨ ਹੋ ਜਾਂਦਾ ਉਹਦਾ ਕੀ ਹੈ, ਪਾਣੀਆਂ 'ਤੇ ਤੁਹਾਡੀ ਕੀ ਨੀਤੀ ਹੈ, ਖੁਦਕੁਸ਼ੀਆਂ 'ਤੇ ਤੁਹਾਡੀ ਕੀ ਨੀਤੀ ਹੈ, ਆਹ ਜ਼ਮੀਨਾਂ ਦੀ ਤੋੜ ਹੈ ਜਿਹੜੀ ਕਿਸਾਨਾਂ ਕੋਲ ਜ਼ਮੀਨ ਨਹੀਂ ਖੇਤੀ ਕਰਨ ਜੋਗੀ, ਉਹਦੇ ਬਾਰੇ ਤੁਸੀਂ ਕੀ ਸੋਚ ਰਹੇ ਹੋ, ਤੁਹਾਡੇ ਕੋਲ ਕਿੰਨੀ ਜ਼ਮੀਨ ਪਈ ਹੈ, ਉਹਦਾ ਕੀ ਕਰ ਰਹੇ ਹੋ ਤੁਸੀਂ, ਇਹ ਸਾਰੀਆਂ ਗੱਲਾਂ। ਅੱਛਾ, ਇੱਕ ਹਕਮਾ ਸਵਾਲ 'ਚ ਬੰਗਲਾਦੇਸ਼ ਵਾਂਗ ਜਿਹੜੇ ਰੇਪ ਹੁੰਦੇ ਰਹੇ ਨੇ ਜਾਂ ਲਾਸ਼ਾਂ ਲਟਕਰੀਆਂ ਨੇ, ਉਹਨਾਂ ਨੇ ਕਿਸਾਨਾਂ ਨੂੰ ਟਾਰਗੇਟ ਕੀਤਾ, ਤੁਸੀਂ ਕਿਵੇਂ ਦੇਖਦੇ ਹੋ ਉਹਦੀ ਬਿਆਨਬਾਜ਼ੀ ਨੂੰ, ਪਹਿਲਾਂ ਵੀ ਪੰਜਾਬ ਦੇ ਖਿਲਾਫ? ਮੈਨੂੰ ਲੱਗਦਾ ਵੀ ਉਹਨੂੰ ਇੰਨਾ ਥਾਂ ਆਪਾਂ ਨੂੰ ਨਹੀਂ ਦੇਣਾ ਚਾਹੀਦਾ ਕੰਗਣਾ ਨੂੰ, ਉਹ ਤਾਂ ਸਿਰਫ ਇਹ ਬਿਆਨ ਇਸ ਕਰਕੇ ਦਿੰਦੀ ਆ ਵੀ ਮੇਰਾ ਨਾਂ ਰੋਜ਼ ਚੱਲੀ ਜਾਵੇ, ਆਪਾਂ ਉਹਨੂੰ ਹੋਰ ਮਸ਼ਹੂਰ ਕਰ ਰਹੇ ਹਾਂ। ਵੈਸੇ ਤਾਂ ਉਹਦੀ ਪਾਰਟੀ ਵਾਲਿਆਂ ਨੇ, ਆਪਦਿਆਂ ਨੇ, ਹਰਿਆਣੇ ਵਾਲਿਆਂ ਨੇ ਇਤਰਾਜ਼ ਕੀਤਾ ਕਿ ਜਿਹੜਾ ਉਹਨੇ ਬਿਆਨ ਦਿੱਤਾ ਉਹਨੇ ਸਾਡੀਆਂ ਵੋਟਾਂ ਤੋੜ ਦੇਣੀਆਂ ਨੇ। ਜਿਹੜੇ ਇਹੋ ਜਿਹੇ ਅਨਸਰ ਨੇ ਪਾਰਟੀਆਂ ਦੇ ਵਿੱਚ ਬੈਠੇ ਆਪਾਂ ਚਮਕਾਉਣ ਦੀ ਖਾਤਰ, ਉਹ ਇਹ ਨਹੀਂ ਦੇਖਦੇ ਹੁੰਦੇ ਵੀ ਮੈਂ ਕਿਹਦਾ ਨੁਕਸਾਨ ਕਰ ਰਿਹਾ। ਉਹਦੇ ਕਰਕੇ ਹੁਣ ਕਿਸੇ ਐਮ ਪੀ ਦਾ ਅੱਜ ਥੱਪੜ ਚੁਣਦਿਆਂ ਸਾਰ ਥੱਪੜ ਪੈਂਦਾ ਦੇਖਿਆ, ਉਹਦੀ ਇਹ ਜ਼ਬਾਨ ਦੇ ਛਿੱਟੇ ਆ। ਜੇ ਕਿਸੇ ਬੰਦੇ ਨੇ ਕੋਈ ਕਿਸੇ ਵਾਸਤੇ ਮਾੜਾ ਬੋਲਦਾ, ਘੱਟੋ ਘੱਟ ਇਸ ਤਰ੍ਹਾਂ ਦੀ ਹਾਲਤ ਆ, ਅਸੀਂ ਚੰਡੀਗੜ੍ਹ ਬੈਠੇ ਹਾਂ, ਸਾਲ ਬੈਠੇ ਹਾਂ ਉੱਥੇ, ਸਾਲ ਬੈਠੇ ਲੋਕਾਂ ਨੂੰ ਹੁਣ ਤੱਕ ਸਾਨੂੰ ਗੁਆਂਢੀ ਆਂਢੀ ਯਾਦ ਕਰਦੇ ਨੇ ਵੀ ਯਾਰ ਕਿਸਾਨ ਅੰਦੋਲਨ ਦੇ ਵਿੱਚ ਆਉਂਦੇ, ਸਾਨੂੰ ਹੁਣ ਵੀ ਹੱਥੀਂ ਛਾਵਾਂ ਹੁੰਦੀਆਂ ਨੇ। ਜੇ ਰਾਤ ਰਹਿਣੀ ਹੋਵੇ ਉਹ ਕਹਿੰਦੇ ਰਾਤ ਸਾਡੇ ਕੱਟ ਕੇ ਜਾਓ, ਦੂਜਾ ਕਹਿੰਦਾ ਰਾਤ ਸਾਡੇ ਕੱਟ ਕੇ ਆਓ, ਆਪਣੇ ਨਾਲ ਰਿਸ਼ਤੇਦਾਰਾਂ ਦੀ ਤਰ੍ਹਾਂ ਉਹ ਵਰਤਦੇ ਨੇ। ਜੇ ਕਿਸਾਨ ਅੰਦੋਲਨ ਇਹੋ ਜਿਹਾ ਨੁਕਸਾਨ ਕਰਦਾ, ਉਹਨਾਂ ਨੂੰ ਕੌਣ ਯਾਦ ਕਰਦਾ? ਤੁਸੀਂ ਹਰਿਆਣੇ ਦੇ ਜਾਟ ਅੰਦੋਲਨ ਦੀ ਯਾਦ ਕਰ ਲਓ, ਲੋਕ ਥਰ ਥਰ ਕੰਬਦੇ ਨੇ ਜਾਟ ਅੰਦੋਲਨ ਤੋਂ, ਕਿਉਂਕਿ ਉੱਥੇ ਉਹਨਾਂ ਨੇ ਜਿਹੋ ਜਿਹਾ ਹਾਲਤ ਕੀਤੀ ਲੋਕਾਂ ਦੀ, ਜਿਹੋ ਜਿਹਾ ਉੱਥੇ ਅੱਤਿਆਚਾਰ ਹੋਇਆ। ਅਤੇ ਕਿੱਥੇ ਹੈ ਸਾਡਾ ਅੰਦੋਲਨ ਜਿਹਨੂੰ ਕੰਗਣਾ ਰਾਉਤ ਵਰਗੇ ਮਤਲਬ ਭਿੰਡ ਕੇ ਇਹਨੂੰ ਐਂ ਬਣਾਉਣਾ ਚਾਹੁੰਦੇ ਨੇ ਵੀ ਬੰਗਲਾਦੇਸ਼ ਵਰਗੀ ਹਾਲਤ ਬਣਾ ਦਿੰਦੇ ਹੋ, ਸਾਨੂੰ ਤਾਂ ਬਾਈ ਯਾਦ ਕਰਦੇ ਨੇ, ਉਹ ਤਾਂ ਝਾੜ ਲਾਉਂਦੇ ਨੇ ਹੁਣ ਤੱਕ। ਅੱਛਾ, ਇੱਕ ਹੋਰ ਸਵਾਲ ਆ, ਪੰਜਾਬ ਦੇ ਖੇਤੀ ਨਾਲ ਰਿਲੇਟਡ ਵੱਡੇ ਹਾਈਵੇ ਨਿਕਲੇ ਨੇ, ਹਜੇ ਤੱਕ ਮੁਆਵਜ਼ੇ ਦਾ ਕੋਈ ਮੂੰਹ ਸਿਰ ਨਹੀਂ ਹੈ, ਇਹਦਾ ਲੱਗਦਾ ਕਿ ਖੇਤੀ ਨੂੰ, ਪੰਜਾਬ ਨੂੰ ਕੋਈ ਫਾਇਦਾ ਹੈ ਜਾਂ ਇਹ ਹਾਈਵੇ ਨੁਕਸਾਨ ਕਰਨਗੇ? ਦੂਜਾ, ਕੇਂਦਰ ਸਰਕਾਰ ਇਹਦੇ ਲਈ ਲਗਾਤਾਰ ਕਹਿ ਰਹੀ ਕਿ ਪ੍ਰੋਜੈਕਟ ਕੈਂਸਲ ਕਰ ਦੇਣਗੇ, ਤੁਹਾਡੀ ਜਥੇਬੰਦੀ ਇਹ ਹਾਈਵੇ ਨੂੰ ਕਿਵੇਂ ਦੇਖਦੀ ਹੈ? ਜਿਹੜੀ ਕਾਰਪੋਰੇਟ ਆ, ਜਿਹੜੀ ਲੜਾਈ ਹੈ ਸਾਡੀ, ਜਿਹੜਾ ਸਾਡਾ ਮੁੱਖ ਤੌਰ 'ਤੇ ਦੁਸ਼ਮਣ ਹੈ ਇਹ ਕਾਰਪੋਰੇਟ ਆ। ਹਾਈਵੇ ਸਾਡੇ ਵਾਸਤੇ ਤਾਂ ਬਣੇ ਨਹੀਂ, ਹਾਈਵੇ ਜਿਹੜੇ ਨੇ ਭਾਰਤਮਾਲਾ ਪ੍ਰੋਜੈਕਟ ਦੇ ਹਾਈਵੇ ਬਣ ਰਹੇ ਨੇ, ਉਹ ਇਕੱਲੇ ਹਾਈਵੇ ਨਹੀਂ ਬਣਾਉਣਗੇ, ਉਹ ਤਾਂ ਚਾਰ ਡੰਪ ਵੀ ਬਣ ਰਹੇ ਨੇ ਇੱਥੇ ਪੰਜਾਬ ਦੇ ਵਿੱਚ, ਜਿਹਦੇ 'ਚ 7000 ਏਕੜ ਜ਼ਮੀਨ ਉਹਨਾਂ ਨੇ ਲੈਣੀ ਹੈ। ਹੁਣ ਜਦੋਂ ਡੰਪ ਬਣਨਗੇ ਤਾਂ ਵੱਡੇ ਵੱਡੇ ਹਾਲ, ਵੱਡੇ ਵੱਡੇ ਰੈਸਟੋਰੈਂਟ, ਵੱਡੀਆਂ ਵੱਡੀਆਂ ਸ਼ੋਪਿੰਗ ਮਾਲ, ਉਹ ਬਣਨਗੇ ਸਾਰਾ ਕੁਛ ਇੱਥੇ। ਯਾਨੀ ਵੱਡੀਆਂ ਕੰਪਨੀਆਂ ਦਾ ਇਹ ਅੱਡਾ, ਜਿਵੇਂ ਆ ਪਹਿਲਾਂ ਇਹ ਕਹਿੰਦੇ ਨਵੇਂ ਆਰਥਿਕ ਜ਼ੋਨ ਬਣਨਗੇ ਇੱਥੇ, ਉਹਨਾਂ ਦਾ ਆਪਦੇ ਲਾਭ ਹੋਇਆ ਕਰੂਗਾ, ਆਪਦੇ ਕਾਨੂੰਨ ਹੋਇਆ ਕਰੂਗਾ, ਆਪਦੇ ਹੀ ਮਾਲ ਉਹ ਲਿਆਇਆ ਕਰਨਗੇ, ਇੱਧਰੋਂ ਕੱਚਾ ਮਾਲ ਜਾਣਗੇ, ਉੱਧਰੋਂ ਪੱਕਾ ਮਾਲ ਲਿਆ ਕੇ ਵੇਚਣਗੇ। ਉਹ ਇੱਕ ਕਿਸਮ ਦਾ ਮੰਡੀ ਦੇ ਇੱਥੇ ਕਬਜ਼ਾ, ਉਹ ਸਾਡੇ ਖਾਤਰ ਨੇ, ਉਹ ਕਾਰਪੋਰੇਟ ਨੇ, ਉਹ ਸਾਡਾ ਕੋਈ ਫਾਇਦਾ ਨਹੀਂ ਕਰਨ ਜਾ ਰਹੇ। ਸਾਡੀਆਂ ਜਿਹੜੀਆਂ ਉਪਜਾਊ ਜ਼ਮੀਨਾਂ ਨੇ ਉਹਨਾਂ ਨੂੰ ਕਬਜ਼ੇ 'ਚ ਕਰਕੇ, ਉਹਨਾਂ ਦੇ ਪੈਸੇ ਵਧਾ ਕੇ, ਲੋਕਾਂ ਦੀ ਆਰਥਿਕਤਾ ਦਾ, ਟੁੱਟੀ ਹੋਈ ਆਰਥਿਕਤਾ ਦਾ ਫਾਇਦਾ ਲੈ ਕੇ, ਵੱਧ ਪੈਸੇ ਦੇ ਕੇ ਉਹ ਜ਼ਮੀਨਾਂ ਖਰੀਦ ਰਹੇ ਨੇ। ਅਤੇ ਸਾਡੀ ਜਿਹੜੀ ਰੋਟੀ ਰੋਜ਼ੀ ਹੈ, ਯਾਨੀ ਜਿਹੜੀ ਫੂਡ ਪ੍ਰੋਡਕਸ਼ਨ ਦੀ ਸਵਾਲ ਹੈ, ਅੰਨ ਸੁਰੱਖਿਆ ਦਾ ਸਵਾਲ ਹੈ, ਇਹ ਖਤਰੇ 'ਚ ਪੈਣ ਜਾ ਰਿਹਾ। ਇਸ ਕਰਕੇ ਇਹ ਬਹੁਤ ਮਾੜੀ ਨੀਤੀ ਹੈ ਜੋ ਬਣਨ ਜਾ ਰਹੀ। ਅੱਛਾ, ਕੁਝ ਕਿਸਾਨਾਂ ਨੇ ਹਜੇ ਮੁਆਵਜ਼ਾ ਲਿਆ? ਠੋਕ ਕੇ ਖੜੇ ਹਾਂ, ਪਹਿਲਾਂ ਵੀ ਖੜੇ ਸੀ, ਅੱਗੇ ਵੀ ਖੜਦੇ ਰਹੇ ਹਾਂ, ਅਗਾਂਹ ਵੀ ਖੜਾਂਗੇ। ਜਿਹੜੇ ਲੋਕ ਜਿਨ੍ਹਾਂ ਨੂੰ ਪੈਸੇ ਮਨਜ਼ੂਰ ਨੇ ਸਰਕਾਰ ਦੀ ਦਿੱਤੀ ਹੋਈ ਕੀਮਤ, ਅਸਲ 'ਚ ਇਹ ਕਾਰਪੋਰੇਟ ਕੰਪਨੀਆਂ ਦਾ ਕੰਟੈਕਟ ਹੈ ਨਾ, ਇਹ ਤਾਂ ਕੰਟੈਕਟਰ ਨੇ ਦੇਣੇ ਕੀਮਤ, ਤਾਂ ਇਹ ਕਿਤੇ ਉਹਨਾਂ ਨੇ 40 ਲੱਖ ਦਿੱਤਾ, ਕਿਤੇ 42 ਲੱਖ, ਕਿਤੇ 1.5 ਕਰੋੜ ਦਿੱਤਾ, ਕਿਤੇ 2 ਕਰੋੜ ਦੇਈ ਜਾਂਦੇ ਆ। ਇਹ ਕੀਮਤ ਦਾ ਮਤਲਬ ਇਹਦੀ ਸਰਕਾਰ ਸਭ ਦਬਾਅ ਪਾਉਂਦੀ ਹੈ। ਜਿਹੜਾ ਹੁਣ ਗਡਕਰੀ ਦਾ ਬਿਆਨ ਤੁਸੀਂ ਸੁਣਿਆ ਹੋਣਾ ਵੀ ਮੈਂ ਪ੍ਰੋਜੈਕਟ ਰੱਦ ਕਰ ਦੂੰਗਾ, ਪ੍ਰੋਜੈਕਟ ਪੰਜਾਬ ਵਾਸਤੇ ਆ ਰਿਹਾ, ਉਹ ਸਾਡੇ ਵਾਸਤੇ ਆ ਰਹੇ ਨੇ, ਸਾਡੇ ਵਾਸਤੇ ਉਹ ਪ੍ਰੋਜੈਕਟ ਲੈ ਕੇ ਆ ਰਹੇ ਨੇ। ਜੇ ਉਹ ਕੰਪਨੀ ਨੂੰ ਜ਼ਮੀਨ ਚਾਹੀਦੀ ਹੈ, ਕਿਸਾਨ ਜ਼ਮੀਨ ਦੇਣ ਨੂੰ ਤਿਆਰ ਨੇ, ਪਰ ਪੈਸਿਆਂ 'ਤੇ ਸਹਿਮਤੀ ਨਹੀਂ ਬਣ ਰਹੀ। ਜਿਹੜੇ ਕਿਸਾਨਾਂ ਨਾਲ ਹੁਣ 2-3 ਜਗ੍ਹਾ 'ਤੇ ਰੌਲਾ ਹੈ, ਜਿੱਥੇ ਸੜਕ ਪ੍ਰੋਜੈਕਟ ਰੁਕੇ ਹੋਏ ਨੇ, ਉੱਥੇ ਤਾਂ ਸਿਰਫ ਕੀਮਤ ਦਾ ਹੀ ਰੌਲਾ। ਰੌਲਾ ਤਾਂ ਹੋਣਾ ਚਾਹੀਦਾ ਵੀ ਅਸੀਂ ਨਹੀਂ ਜ਼ਮੀਨ ਦਿੰਦੇ, ਵੀ ਸਾਡੀ ਤਾਂ ਰੋਟੀ ਜਾਂਦੀ ਇਹ, ਪੈਸੇ ਅਸੀਂ ਖਾਣੇ ਨੇ, ਵੀ ਤੁਸੀਂ ਇਹ ਜੇ ਤਾਂ ਖਾਣ ਵਾਲੀਆਂ ਚੀਜ਼ਾਂ 'ਤੇ ਜਦੋਂ ਜ਼ਮੀਨਾਂ 'ਤੇ ਉਪਜਾਊ ਜ਼ਮੀਨਾਂ 'ਤੇ ਤੁਸੀਂ ਕਬਜ਼ਾ ਕਰਕੇ ਤਾਂ ਸਾਡੀ ਤਾਂ ਜ਼ਿੰਦਗੀ ਤਬਾਹ ਹੋ ਗਈ। ਪਰ ਉਹ ਰੌਲਾ ਨਹੀਂ ਹੈ, ਰੌਲਾ 'ਚ ਇਹ ਹੈ ਵੀ ਉਹ ਕੀਮਤ ਘੱਟ ਦੇ ਰਹੇ ਨੇ, ਕਿਸਾਨ ਵੱਧ ਮੰਗ ਰਹੇ ਨੇ, ਆਪਦੀ ਚੀਜ਼ ਵੇਚਣੀ ਹੈ ਕਿ ਨਹੀਂ ਵੇਚਣੀ, ਇਸ ਦਾ ਗੱਲ ਦਾ ਸਵਾਲ ਹੈ। ਇਸ ਕਰਕੇ ਉਹਨਾਂ ਦਾ ਰੌਲਾ ਵਾਜਬ ਹੈ।
ਸਰਕਾਰ ਉਹਨਾਂ ਦੀਆਂ ਮੰਗਾਂ 'ਤੇ ਅਸੀਂ ਜੇ ਉਹ ਖੜਨਗੇ ਜਿੰਨਾ ਚਿਰ, ਅਸੀਂ ਉਹਨਾਂ ਚਿਰ ਜ਼ਮੀਨਾਂ ਦੇ ਵਿੱਚ ਕਿਸੇ ਕਾਰਪੋਰੇਟ ਦਾ ਪੈਰ ਨਹੀਂ ਭਰਨ ਦਿੰਦੇ। ਇਹ ਪ੍ਰੋਜੈਕਟ ਰੱਦ ਹੋਣ, ਰਹਿਣ ਨਾ ਰਹਿਣ, ਅਸੀਂ ਉਹਨਾਂ ਦੀ ਮਦਦ ਕਰਾਂਗੇ। ਠੀਕ ਹੈ।